ਡੀਜੇ ਤੇ ਨੱਚਣ ਪਿੱਛੇ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਹੋਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਟਾਂ ਰੋੜੇ ਇੱਕ ਦੂਜੇ ਤੇ ਵਰਸਾਏ ਗਏ ਨੇ। ਇਸ ਮਾਮਲੇ ਨੂੰ ਨਸ਼ੇ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ। ਫਿਰੋਜ਼ਪੁਰ ਦੇ ਪਿੰਡ ਕੁੰਡੇ ਦੇ ਵਿੱਚ ਡੀਜੇ ਤੇ ਨੱਚਣ ਪਿੱਛੇ ਨੌਜਵਾਨਾਂ ਦੇ ਦੋ ਧੜਿਆਂ ਦੇ ਵਿੱਚ ਖੂਨੀ ਝੜਪ ਹੋਈ। ਇੱਕ ਨੌਜਵਾਨ ਵੱਲੋਂ ਗੁੱਸੇ ਦੇ ਵਿੱਚ ਆ ਕੇ ਦੂਜੀ ਧਿਰ ਦੇ ਘਰ ਉੱਪਰ ਅੰਨੇਵਾਹ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਨੌਜਵਾਨ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਧਰ ਗੁੱਸੇ ਦੇ ਵਿੱਚ ਆਈ ਦੂਜੀ ਧਿਰ ਨੇ ਪਹਿਲੀ ਧਿਰ ਤੇ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਦੋ ਜਾਣਿਆਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਨ ਦੇ ਇਲਜ਼ਾਮ ਲਾਏ ਨੇ। ਫਿਰੋਜ਼ਪੁਰ ਦੇ ਪਿੰਡ ਕੁੰਡੇ ਦਾ ਇਹ ਪੂਰਾ ਮਾਮਲਾ ਹੈ। ਵਿਆਹ ਤੇ ਡੀਜੇ ਚੱਲ ਰਿਹਾ ਸੀ ਤੇ ਗਾਣੇ ਤੇ ਨੱਚਣ ਪਿੱਛੇ ਦੋ ਧਿਰਾਂ ਦੇ ਵਿੱਚ ਇਹ ਖੂਨੀ ਝੜਪ ਹੋਈ ਹੈ, ਜਿਸ ਮੌਕੇ ਨੌਜਵਾਨ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਟਾਂ ਰੋੜੇ ਗਲੀ ਦੇ ਵਿੱਚ ਖਿਲਰੇ ਪਏ ਨੇ। ਇੱਕ ਘਰ ਤੇ ਵੀ ਹਮਲਾ ਕੀਤਾ ਗਿਆ। ਉੱਧਰ ਦੂਜੇ ਬੰਨੇ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕਿਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ, ਕਿਸ ਨੇ ਪਹਿਲਾਂ ਪਹਿਲ ਕੀਤੀ, ਇਸ ਬਾਰੇ ਪੁਲਿਸ ਆ ਜਿਹੜੀ ਉਹ ਲਗਾਤਾਰ ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ। ਮੇਰਾ ਨਾਮ ਪਰਮਜੀਤ ਜੀ ਤੇ ਇੱਥੇ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾ ਵੇਚੋ, ਐਵੇਂ ਪਿੰਡ ਦੇ ਮੁੰਡੇ ਜਵਾਨ ਮਰੀ ਜਾਂਦੇ ਆ। ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ, ਫਿਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਏ। ਦੁਪਹਿਰੇ ਸਾਡਾ ਮੁੰਡਾ ਮਾੜਾ ਜਿਹਾ ਬਾਹਰ ਨਿਕਲਿਆ ਚੀਜ਼ ਲੈਣ, ਅਸੀਂ ਅੰਦਰ ਆਪਣੇ ਘਰ ਪਿਸਟਲ ਲੈ ਕੇ ਮਗਰ ਲੱਗਿਆ। ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਆ ਗੇਟ ਭੰਨਣ ਲੱਗ ਪਏ ਨੇ। ਹਾਂਜੀ ਇੱਥੇ ਗਏ ਘਰ ਦੇ ਬੂਹੇ ਅੱਗੇ ਦੁਕਾਨ ਤੇ ਚੀਜ਼ ਲੈਣ ਗਿਆ ਜੀ, ਮੰਗਾ ਦੁਕਾਨ ਵਾਲਾ ਉਹਦੇ ਦੁਕਾਨ ਤੇ ਚੀਜ਼ ਲੈਣ ਗਿਆ ਜੀ। ਉਹ ਸੇਵਕ ਤੇ ਸਾਗਰ ਤੇ ਸੁੱਖਾ ਉਹਦਾ ਨਾਮ ਪੌਂਟਿੰਗ ਜੇ ਨਾਲ ਇੱਥੇ ਪੌਂਟਿੰਗ ਕਹਿੰਦੇ, ਉਹ ਫੁੱਲ ਚਿੱਟਾ ਵੇਚ ਰਹੇ ਨੇ। ਹਾਂਜੀ ਨਾਲ ਉਹਨਾਂ ਦੀ ਭੈਣ ਨੇ ਅਮਰਜੀਤ, ਉਹ ਵੀ ਚਿੱਟਾ ਵੇਚਦੀ ਪਈ। ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ, ਤੀਜਾ ਪਿੰਡ ਚ ਗਿਆ ਚਿੱਟੇ ਚ, ਅੱਠ ਅੱਠ ਦਿਨ ਦੀ ਵਿੱਥ ਪਈ ਹੈ, ਪਰ ਨਹੀਂ ਅਟਦੇ ਪਏ, ਉਲਟਾ ਸਾਡੇ ਗੱਲ ਪੈਂਦੇ ਪਏ। ਹਾਂਜੀ ਹਮਲਾ ਵੀ ਕੀਤਾ ਗਿਆ ਜੀ। ਹਾਂਜੀ ਹਾਂਜੀ ਮੈਂ ਜ਼ਖਮੀ ਆ, ਮੇਰੇ ਮੈਂ ਇੱਟ ਮਾਰੀ ਜੇ ਉੱਤੇ, ਉਹ ਇੱਟਾਂ ਕੋਠੇ ਤੇ ਸਾਡਾ ਚਲਾਉਂਦੇ ਰਹੇ ਜੀ, ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੀ ਇੱਟਾਂ ਦਾ। ਹਾਂਜੀ ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੀ, ਦਾਖਲ ਹੋਣ ਗਏ ਸਨ। ਪੁਲਿਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਖਲ ਹੋ ਗਏ ਨੇ, ਆਪੇ ਸੱਟਾਂ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗੱਲ ਪੈਣਗੇ। ਸਾਨੂੰ ਬਾਈ ਵੀ ਰੱਖਿਆ ਰਿਪੋਰਟ ਕਰਾਣਗੇ ਪੁਲਿਸ ਨੇ ਵੀ ਉਹ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ। ਸਾਡੀ ਨੂੰਹ ਘਰ ਇਕੱਲੀ ਸੀ, ਫਿਰ ਇਸ ਕਾਰਨ ਅਸੀਂ ਆ ਗਏ, ਨਾਲ ਮੇਰੀ ਸ਼ੂਗਰ ਵੱਧ ਗਈ ਸੀ, ਇਸ ਕਾਰਨ ਅਸੀਂ ਉੱਥੋਂ ਥਾਣੇ 'ਚ ਲੈ ਕੇ ਛੁੱਟੀ ਆ ਗਈ। ਹਾਂਜੀ ਮੰਗ ਇਹ ਹੀ ਸਾਨੂੰ ਇਨਸਾਫ਼ ਦਿੱਤਿਆ ਜੇ, ਮੇਰੇ ਮੁੰਡਿਆਂ ਨੂੰ ਇਹਨਾਂ ਤੋਂ ਬਹੁਤ ਡਰ ਹੈ ਸੇਵਕ ਤੋਂ। ਹਾਂਜੀ ਹਾਂ ਦਿਨ ਦਿਹਾੜੇ ਸਭ ਕੁਛ ਹੋਇਆ, 2 ਵਜੇ ਦਾ ਟਾਈਮ ਹੈ, 100 ਨੰਬਰ ਤੇ ਮੈਂ ਫੋਨ ਵੀ ਕੀਤਾ ਜੇ ਪੁਲਿਸ ਆਈ ਹੈ ਤੇ ਉਲਟਾ ਮੇਰੀ ਨੂੰਹ ਨਾਲ ਬੋਲ ਕੇ ਗਏ ਨੇ, ਮੇਰੀ ਨੂੰਹ ਨੇ ਬਿਆਨ ਦਿੱਤੇ ਨੇ ਤੇ। ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ। ਨਾ ਕੀ ਤੁਹਾਡਾ ਡਰਾਈਵਰ ਕੋ ਕਹਣਾ ਭਾਈ ਕੀ ਨਾਮ ਤੁਹਾਡਾ? ਮੇਰਾ ਨਾਮ ਹੈ ਭਾਈ। ਤੇਰੇ ਤੇ ਜਿਹੜਾ ਹਮਲਾ ਆਇਆ ਕਿੱਥੋਂ ਦਾ ਰਹਿਣ ਵਾਲੇ ਤੇ ਕਿਵੇਂ ਹੋਇਆ? ਪਿੰਡਾ ਦੇ ਭਾਈ ਉਹ ਤਾਂ ਜਾਣਾ ਤੋਂ ਮਾੜਾ ਮੋਟਾ ਹੈ ਤੇ ਉਹਦਾ ਮੇਰੇ ਛੋਟਾ ਛੋਟਾ ਹੋ ਗਿਆ ਸੀ, ਗੱਲ ਪੈਣ ਦਾ ਨੀ ਹੁਣ ਕਰੇ ਆਪਾਂ ਗੱਲ ਥੋੜਾ ਪੈਣ ਦਾ ਨੀ
ਜੀ ਮੇਰਾ ਨਾਮ ਜਗਸੀਰ ਸਿੰਘ, ਪਿੰਡ ਗੁੰਡੇ ਜੀ। ਇਹ ਆਪਣੇ ਥੱਲੂ ਪੁੱਤਰ ਆਮਾ ਜੀਤਾ ਜੀ, ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਕੋਈ ਹੈਗਾ ਸੀਗਾ ਅਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ, ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ, ਅਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਬੋਲ ਬੁਲਾਈਆ ਇਹਨਾਂ ਦਾ ਹੋ ਗਿਆ, ਅਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ। ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ, ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ, ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ। ਮੈਂ ਅੱਜ ਡਿਊਟੀ 'ਤੇ ਗਿਆ, ਫਲੱਡ ਸੀਜ਼ਨ ਚੱਲਦਾ ਪਿਆ, ਮੈਂ ਡਿਊਟੀ 'ਤੇ ਗਿਆ ਅਤੇ ਡਿਊਟੀ ਦੇ ਮਗਰੋਂ ਮੇਰੇ ਤਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਭੰਨ ਤੋੜ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਤੂੰ ਜਲਦੀ ਜਲਦੀ ਆਇਆ। ਮੈਂ ਆ ਕੇ ਇੱਥੋਂ ਘਰਦਿਆਂ ਨੂੰ ਲੈ ਕੇ ਗਿਆ, ਘਰਦਿਆਂ ਨੂੰ ਐਡਮਿਟ ਕਰਾਉਣ ਲੱਗਾ, ਇੱਕਦਮ ਰਿਪੋਰਟ ਕੀਤੀ ਥਾਣਾ ਸਤਰ ਦੇ ਵਿੱਚ, ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੈਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਵੀ ਇਹਨਾਂ ਦੇ ਪਿਸਟਲ ਪੁਸਟਲ ਲਈ ਫਿਰਦੇ ਨੇ, ਚਿੱਟਾ ਵੇਚਦੇ ਨੇ, ਗੈਂਗਸਟਰ ਬੰਦੇ ਨੇ, ਨਾਲ ਕਾਪੇ ਕੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਹੈ। ਅਤੇ ਮੈਨੂੰ ਥਾਣਾ ਸਤਰ ਫਿਰੋਜ਼ਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਅਜੇ ਨਾ ਜਾ ਵੀ ਤੇਰਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਅਤੇ ਮੈਂ ਉਹਨਾਂ ਦੇ ਬਾਵਜੂਦ ਮੈਂ ਸਿਰਫ ਰਿਪੋਰਟ ਕਰਕੇ ਅਤੇ ਆਪਦੇ ਘਰ ਆਇਆ ਹੈਗਾ, ਘਰ ਆਣ ਕੇ ਮੇਰੀ ਨੂੰਹ ਸੀ ਘਰ ਇਕੱਲੀ ਹੈਗੀ, ਬੇਟਾ ਮੇਰਾ ਪੀਰਾਮਲ ਕੈਪੀਟਲ ਫਾਈਨੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੋਬ ਕਰਦਾ ਹੈਗਾ ਅਤੇ ਮੇਰੀ ਨੂੰਹ ਇਕੱਲੀ, ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ 'ਤੇ ਮੈਨੂੰ ਦੱਸਿਆ ਵੀ ਤੇਰੇ ਘਰ 'ਤੇ ਦੁਬਾਰਾ ਫਿਰ ਹਮਲਾ ਕਰਨ ਦੇ, ਅਤੇ ਮੈਂ ਇਸ ਕਰਕੇ ਆਪਦੇ ਨੂੰਹ ਦੀ ਰਖਵਾਲੀ ਲਈ ਅਤੇ ਆਪਦੇ ਘਰ ਦੇ ਰਖਵਾਲੀ ਲਈ ਮੈਂ ਇੱਥੇ ਪਹੁੰਚਿਆ ਹੈਗਾ। ਉਹ ਵੀ ਮੈਂ ਪਿੰਡ ਦੇ ਮੋਹਤਬਾਰਾਂ ਨੂੰ ਮੈਂ ਪੁੱਛਿਆ ਅਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਤੂੰ ਆ ਜਾ। ਹੁੰਦੇ ਜੀ ਮੈਂ ਇਨਸਾਫ਼ ਮੰਗਦਾ, ਮੈਂ ਸਰਕਾਰੀ ਮੁਲਾਜ਼ਮ, ਮੇਰੀ ਫਲੱਡ ਸੀਜ਼ਨ ਡਿਊਟੀ ਚੱਲਦੀ ਪਈ ਹੈ, 24 ਘੰਟੇ ਡਿਊਟੀ ਮੇਰੀ ਫਲੱਡ ਸੀਜ਼ਨ ਚੱਲਦਾ ਪਿਆ, ਅਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ, ਚਿੱਟਾ ਵੇਚਦੇ ਹੈਗੇ, ਜੋ ਐਂਟੀ ਫਰੂਟ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ, ਪਿੰਡ ਦੇ ਜਿਹੜੇ ਕੋਲ ਮੋਹਤਬਾਰ ਬੰਦੇ ਨੇ, ਇਹ ਪੈਸਾ ਦੇ ਕੇ ਛਡਾ ਲਿਆਉਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ, ਜੋ ਸ਼੍ਰੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀਆਂ ਹੁਕਮਾਂ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਮਣੀ ਬੰਦ ਹੋਇਆ, ਪੈਸਾ ਦਿੰਦੇ ਨੇ, ਬੰਦਾ ਛਡਾ ਲਿਆਉਂਦੇ ਨੇ, ਪਿੰਡ ਦੇ ਮੋਹਤਬਾਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ, ਅਤੇ ਉਹ ਚਿੱਟਾ ਵਕਾਰ ਰਹੇ ਨੇ, ਅਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨੇ ਅੱਠਾਂ ਦਿਨਾਂ ਬਾਅਦ ਮੌਤ ਹੋ ਗਈ, ਇੱਕ ਸਾਡੇ ਪਿੰਡ 'ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ, ਇਹ ਪਿੰਡ ਨੂੰ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ, ਇਹਨਾਂ ਦੇ ਸਿਰ 'ਤੇ ਕੋਈ ਜੂ ਨਹੀਂ ਸਰਕੀ, ਕਾਰਵਾਈ ਬਿਲਕੁਲ ਜੀ ਫੁੱਲ ਵੱਡਾ ਫੁੱਲ ਹੋਣੀ ਚਾਹੀਦੀ, ਨਹੀਂ ਤਾਂ ਮੈਂ DGP ਨੂੰ ਆਪ ਜਾ ਕੇ ਰਿਕੁਐਸਟ ਕਰਾਂ।